ਜਗਦਾ ਕਿੰਨੇ ਨੇ ਕੰਪਿਊਟਰ ਛੱਡ ਗਿਆ ਕੰਮ ਵੀ ਪ੍ਰਭੂ ਕਿੰਨੇ ਨੇ ਗਿਣਤੀ ਅਨੰਤ ਕਹਿਤਾ ਦਿਮਾਗ ਵੀ ਕੰਪਿਊਟਰ ਹੈ ਉਹ ਦਿਮਾਗ ਨੂੰ ਦੇ ਕੇ ਤਾਂ ਕੰਪਿਊਟਰ ਬਣੇ ਕਹਿੰਦੇ ਇਹ ਨਹੀਂ ਦੱਸਦਾ ਹੁਣ ਜਗਦਾ ਨਹੀਂ ਹੈਗਾ ਵੀ ਕਿੰਨੇ ਨੇ ਗਿਣਤੀ ਨਹੀਂ ਦੱਸਦਾ ਹੈਗਾ ਅੰਕੜੇ ਜ਼ਿਆਦਾ ਨੇ ਇਹਦੇ ਕੋਲ ਕਪੈਸਿਟੀ ਘੱਟ ਹੈ ਇਹਦੀ ਕਪੈਸਿਟੀ ਘੱਟ ਹੈ ਅੰਕੜੇ ਜ਼ਿਆਦਾ ਨੇ ਅਨੰਤ ਨੇ ਕਈ ਵੇਦ ਵਿਆਸ ਬ੍ਰਹਮਾ ਅਨੰਤ ਵੇਦ ਵਿਆਸ ਕਈ ਨੇ ਬ੍ਰਹਮਾ ਵੀ ਅਨੰਤ ਨੇ ਜਿਹੇ ਨੇਤ ਨੇਤ ਨਿਸਦਿਨ ਉਚਰੰਤ ਉਹ ਕੀ ਕਰਦੇ ਨੇ ਲਗਾਤਾਰ ਰੋਜ਼ ਉਹਨੂੰ ਬੇਅੰਤ ਬੇਅੰਤ ਕਹੀ ਜਾਂਦੇ ਨੇ ਬੇਅੰਤ ਬੇਅੰਤ ਕਹਿਣ ਵਾਲੇ ਜਿਹੜੇ ਬ੍ਰਹਮਾ ਨੇ ਉਹ ਕਿੰਨੇ ਨੇ ਅਸੀਂ ਦੱਸ ਨਹੀਂ ਸਕਦੇ ਉਹਨਾਂ ਦੀ ਗਿਣਤੀ ਅਨੰਤ ਨੇ ਤੋ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਵਾਰ ਗਨੀਮਨ ਗਾਰੇ ਦੇਖੋ ਦੀਨਨ ਕੀ ਪ੍ਰਤਪਾਲ ਕਰੇ ਨਿਤ ਜਿਹੜੇ ਉਹਦੇ ਅੱਗੇ ਸਰੈਂਡਰ ਹੋ ਜਾਂਦੇ ਨੇ ਉਹਨਾਂ ਦੀ ਬਹਿਸ ਉਹਨਾਂ ਦੀ ਪ੍ਰਤਪਾਲ ਕਰਦਾ ਪ੍ਰਤਪਾਲ ਤਾਂ ਸਾਰਿਆਂ ਦੀ ਉਹ ਕਰਦਾ ਉਹਨਾਂ ਦੀ ਹੋਰ ਤਰ੍ਹਾਂ ਦੀ ਪ੍ਰਤਪਾਲ ਕਰਦਾ ਆਤਮ ਲੈਵਲ ਦੀ ਪ੍ਰਤਪਾਲ ਬਾਕੀ ਸਰੀਰ ਲੈਵਲ ਦੀ ਕਰਦਾ ਪ੍ਰਤਪਾਲ ਕਰੇ ਨਿਤ ਸਾਧਾ ਵਾਰ ਗੱਡੀ ਮੈਨੂੰ ਕਰਨਾ ਸੰਤਾਂ ਨੂੰ ਹੋਰ ਉੱਤਾ ਚੱਕੀ ਜਾਂਦਾ ਜਿਹੜੇ ਸੰਤ ਨੇ ਨਾ ਹਰਕੇ ਸੰਤ ਉਹਨਾਂ ਦੀ ਬੁੱਧੀ ਦਾ ਲੈਵਲ ਉੱਚਾ ਚੱਕੀ ਜਾਂਦਾ ਸੰਤ ਉਵਾਰ ਮਾਇਆ ਤੋਂ ਬਾਹਰ ਕੱਢੀ ਜਾਂਦਾ ਉਹਨਾਂ ਨੂੰ ਮਾਇਆ ਛੱਡੀ ਜਾਂਦੇ ਨੇ ਬਹੁਤ ਛੱਡੀ ਜਾਂਦੇ ਨੇ ਮਾਇਆ ਦਾ ਗਨੀਮਨ ਗਿਆਨ ਵਧੀ ਜਾਂਦਾ ਔਰ ਜਿਹੜੇ ਮਾਇਆ ਨੂੰ ਜੱਫੀਆਂ ਪਾਉਂਦੇ ਨੇ ਰਾਹ ਚਾਹੁੰਦੇ ਨੇ ਇਹ ਗਨੀਮਨ ਨੇ ਖੋ ਖਵਾਈ 'ਚ ਲੱਗੇ ਹੋਏ ਨੇ ਇੱਕ ਦੂਏ ਦੀ ਮਾਇਆ ਦੀ ਦੌੜ ਕਹਿੰਦੇ ਇੱਕ ਨਹੀਂ ਮੰਨੇ ਨੀਚ ਆਦਮੀ ਨੇ ਗਾਰ ਹੈ ਇਹਨਾਂ ਜੰਮਣ ਬਣ ਚ ਇਹਨਾਂ ਦੀ ਬੁੱਧੀ ਗਾਲੀ ਜਾਂਦੇ ਗਾਰਾ ਕੀ ਬੁੱਧੀ ਦਾ ਨਾਸ ਕਰੀ ਜਾਂਦੇ ਇਹਨਾਂ ਦੀ ਜਿਹੜੇ ਝਗੜੇ ਕਰਦੇ ਨੇ ਲੋਕ ਨਾ ਇਹ ਦੂਏ ਚਾਹੇ ਇਹ ਝਗੜਾ ਗਿਆਨ ਦਾ ਵੀ ਝਗੜਾ ਹੈ ਬਾਦੀ ਬਿਨਸੈ ਖੋਜੀ ਉਪਜੈ ਸੰਤ ਖੋਜੀ ਹੈ ਵਿਦਵਾਨ ਵਾਦ ਵਿਵਾਦੀ ਹੈ ਉਹ ਬੁੱਧੀ ਦਾ ਨਾਸ ਕਰਦਾ ਜਿਹੜਾ ਰਾਜਾ ਰਾਜ ਵਾਸਤੇ ਉਹ ਸਰੀਰ ਦਾ ਵੀ ਨਾਸ ਕਰਦਾ ਬੁੱਧੀ ਦਾ ਵੀ ਕਰਦਾ ਸਭ ਕਿਸੇ ਦਾ ਕਰਦਾ ਕਿਸੇ ਦੀ ਅੱਖ ਚਲੀ ਜਾਂਦੀ ਹੈ ਕਿਸੇ ਦਾ ਹੱਥ ਚਲਿਆ ਜਾਂਦਾ ਕਿਸੇ ਦੀ ਲੜਾਈ 'ਚ ਜਾਊ ਹੈ ਗਨੀਮਨ ਗਰ ਹੈ ਪਛ ਪਸ਼ੂ ਨਗ ਨਾਗ ਗਨੀਮਨਾਂ ਨੂੰ ਨਹੀਂ ਬਚਾਉਂਦਾ ਉਹ ਕਹਿੰਦਾ ਤੁਸੀਂ ਆਪਣਾ ਜੇ ਸਕਤਾ ਸਕਤੇ ਕੋ ਮਾਰਿਆ ਤਾਮਨ ਗਰੀਬ ਲੜਦੇ ਨੇ ਲੜੀ ਜਾਣ ਉਹਨੂੰ ਕੋਈ ਰੌਲਾ ਨਹੀਂ ਇਸ ਗੱਲ ਦਾ ਕਿਸੇ ਦਾ ਤਰਸ ਨਹੀਂ ਹੈ ਉਹਨੂੰ ਕਿਸੇ ਦੀ ਪੱਖ ਨਹੀਂ ਲੈਂਦਾ ਉਹ ਕਹਿੰਦਾ ਕੋਈ ਨਹੀਂ ਫੈਸਲਾ ਪੁਲਿਸ ਵੀ ਖੜ ਕੇ ਦੇਖਣ ਲੱਗ ਜਾਂਦੀ ਹੈ ਜੇ ਦੋਵੇਂ ਤਰ੍ਹਾਂ ਭਿੜ ਜਾਣ ਨਾ ਪੁਲਿਸ ਭਰੇ ਹੋ ਜਾਂਦੀ ਉਹਨਾਂ ਨੂੰ ਕਿਹਾ ਵੀ ਮੂਰਖਾਂ ਦੇ ਵਿੱਚ ਨਹੀਂ ਆਈਦਾ ਤੁਹਾਡੇ ਲੱਗ ਜੂ ਇਹਨਾਂ ਨੂੰ ਲਾ ਲੈਣ ਤੋਂ ਚਾਹੋ ਤੁਸੀਂ ਤਾਂ ਬਚਾਉਣੇ ਗਏ ਹੋ ਉਹਨਾਂ ਨੂੰ ਵੀ ਨਾ ਲੜੋ ਇਹ ਤਾਂ ਅੰਨੇ ਹੋ ਗਏ ਹੁਣ ਤੁਹਾਨੂੰ ਨਾ ਵੜ ਦੇਣ ਕਿਸੇ ਨੂੰ ਲਾ ਲੈਣ ਤੋਂ ਜਾਓ ਹੁਣ ਇਹਨਾਂ ਨੂੰ ਮਜ਼ਾ ਥੱਕ ਲੈਣਗੇ ਫਿਰ ਫੜ ਲਿਓ ਫਿਰ ਗ੍ਰਿਫਤਾਰ ਕਰ ਲਿਓ ਹਾਂ ਇੱਕ ਤੁਹਾਨੂੰ ਗ੍ਰਿਫਤਾਰ ਜੇ ਕਰੋਗੇ ਵੀ ਅਪਰਾਧ ਹੈ ਦੂਆ ਦੂਆ ਆ ਕੇ ਦੂਏ 'ਤੇ ਠੋਕ ਦੇਵੇ ਇੱਕ ਨੂੰ ਪੁਲਿਸ ਵਾਲੇ ਜੱਫੀ ਪਹਿਲੇ ਦੂਏ ਨੇ ਮਾਰਤਾ ਇਹ ਤਾਂ ਅਪਰਾਧ ਹੋ ਗਿਆ ਫੜ ਕੇ ਮਰਾਉਣਾ ਅਪਰਾਧ ਹੈ ਉਹਨੂੰ ਸਮਝ ਹੈ ਇਸ ਗੱਲ ਦੀ ਅਸੀਂ ਫੜ ਲਈਏ ਦੂਆ ਆ ਕੇ ਉਹਦੇ ਬਰਛਾ ਠੋਕ ਦੇਵੇ ਇਹ ਵੀ ਮਾੜੀ ਗੱਲ ਹੈ ਸਾਥੇ ਦਾ ਅਪਰਾਧ ਹੋ ਗਿਆ ਵਿਚਾਰਾ ਮਰਵਾਤਾ ਸੀ ਗਰੀਬ ਪੁਲਿਸ ਦਾ ਕੰਮ ਹੈ ਰੱਖਿਆ ਕਰਨਾ ਹਾਂ ਉਹਨੂੰ ਬਚਾਵਾਂਗੇ ਤੇਰੇ ਮਰਤਾ ਉਹ ਤਾਂ ਨਾ ਹੋਇਆ ਆਇਆ ਬਰਛਾ ਲੈ ਕੇ ਜੇ ਪੁਲਿਸ ਵਾਲਾ ਮੂਹਰੇ ਹੋ ਜੂ ਉਹਦੇ ਮਰ ਦੂ ਇਸ ਕਰਕੇ ਉਹਨਾਂ ਚਿਰ ਉਹਨਾਂ ਨੂੰ ਭਾਈ ਨਿਬੜ ਲੈਣ ਦੋ ਜਬਾ ਟੁੱਕ ਹੋ ਜੂ ਇੱਕ ਪਾਸਾ ਫਿਰ ਫੜ ਲਿਓ ਐਵੇਂ ਉਹ ਕਰਦਾ ਸਰਕਾਰ ਐਵੇਂ ਕਰਦੀ ਹੈ ਸਰਕਾਰ ਕੀ ਕਰੇ ਹੋਰ ਕੀ ਕਰੇ ਸਰਕਾਰ ਬਥੇਰਾ ਬਚਾਉਂਦੀ ਹੈ ਜੇ ਨਾ ਬਚਣ ਫਿਰ ਕੀ ਕਰੇ ਪਛ ਪਸ਼ੂ ਨਗ ਨਾਗ ਨਰਾਧਪ ਸਰਬ ਸਮੇਂ ਸਭ ਕੋ ਪ੍ਰਤਪਾਰ ਹੈ ਪਛ ਪੰਛੀ ਨੇ ਪਸ਼ੂ ਨੇ ਨਗ ਨੇ ਨਗ ਆਉਣੇ ਨਗ ਬਿਰਛਾਂ ਨੂੰ ਕਹਿੰਦੇ ਨੇ ਜਿਹੜੇ ਕਥਾਂ ਖੜੇ ਨੇ ਗੱਡੇ ਹੋਏ ਕਥਾਂ ਉਹ ਨਾਗਾ ਜਿਹੜਾ ਉਹਦੇ 'ਚ ਗੱਡਿਆ ਹੁੰਦਾ ਬੂੰਦੀ 'ਚ ਖੜਾ ਹੁੰਦਾ ਉਹ ਵਿਚਾਰਾ ਉੱਥੇ ਹੀ ਰਹਿੰਦਾ ਉਹਦੇ ਜੇ ਹਿਲਦੀ ਧਰਤੀ ਹਿਲਦੀ ਹੈ ਬੂੰਦੀ ਹਿਲਦੀ ਹੈ ਤਾਂ ਨਾਲ ਨਾਲ ਹਿਲਦਾ ਧਰਤੀ ਹਿਲਦੀ ਹੈ ਤਾਂ ਹਿਲਦੇ ਨੇ ਉਹ ਹੱਥ ਹਿਲਦਾ ਹੱਥ ਹਿਲਦਾ ਤਾਂ ਹਿਲਦਾ
ਨਾਗ ਨਰਾਧਪ ਨਾਗ ਅਸਲ ਤੇ ਨਾਗ ਮਨ ਨੂੰ ਕਹਿੰਦੇ ਨੇ ਜੇ ਅਸੀਂ ਨਾਗ ਲਫ਼ਜ਼ ਲਾਈਏ ਨਾ ਨਾਗ ਸੱਪ ਨੂੰ ਨਹੀਂ ਕਹਿੰਦੇ ਬਾਅਦ ਚ ਕਹਿਣ ਲੱਗ ਗਏ ਸੱਪਾ ਦੁੱਧ ਪਿਲਾਈਏ ਜਿਹੜਾ ਕਹਿੰਦੇ ਨੇ ਨਾ ਜੇ ਸੱਪ ਨੂੰ ਦੁੱਧ ਵੀ ਪਿਲਾਈਏ ਤਾਂ ਵੀ ਉਹਦੀ ਜ਼ਹਿਰ ਬਣਦੀ ਜਿਹੜਾ ਮਨਮੁੱਖ ਹੈ ਜੇ ਉਹਨੂੰ ਸਾਰੀ ਗੁਰਬਾਣੀ ਵੀ ਪੜ੍ਹਾਈਏ ਉਹਦੇ ਵਿੱਚ ਵੀ ਉਹਦੇ ਅੰਦਰ ਗੁਰਬਾਣੀ ਦਾ ਅਸਰ ਨਹੀਂ ਹੁੰਦਾ ਉਹ ਤਾਂ ਵੀ ਮਾਇਆ ਦਾ ਉਹ ਕਰੂਗਾ ਜਿਹੜੇ ਮਾਇਆਧਾਰੀ ਨੇ ਨਾ ਗੁਰਬਾਣੀ ਪੜ੍ਹ ਕੇ ਜਿਨ੍ਹਾਂ ਨੇ ਇਹਨੂੰ ਕਮਾਈ ਦਾ ਸਾਧਨ ਬਣਾਇਆ ਸਾਰੇ ਸਪਨੇ ਨਾਗ ਲਫ਼ਜ਼ ਸਮਝ ਲਓ ਕਿ ਨਾਗ ਸੱਪ ਨੂੰ ਕਹਿੰਦੇ ਨਹੀਂ ਨਾਗੀ ਤਾਂ ਕੌਮ ਹੈ ਪਹਾੜ ਦੇ ਵਿੱਚ ਨੇਗੀ ਵੀ ਕਹਿੰਦੇ ਨਾਗੀ ਵੀ ਕਹਿੰਦੇ ਨੇ ਆਪਣੇ ਆਪ ਨੂੰ ਆਦਮੀਆਂ ਦੀ ਕੌਮ ਹੈ ਉਹ ਨਾਗੀ ਗੋਤ ਹੈ ਇੱਕ ਬਹੁਤ ਬੜੀ ਕੌਮ ਹੈ ਸੱਪ ਨੂੰ ਨਹੀਂ ਕਹਿੰਦੇ ਨਾ ਕਹਿਣ ਲੱਗ ਗਏ ਸੱਪ ਨੂੰ ਨਾ ਬੱਚਿਆਂ ਨੂੰ ਕਿਹਾ ਹੋਇਆ ਜਿਹੜਾ ਦੁੱਧ ਪੀ ਕੇ ਵੀ ਜ਼ਹਿਰ ਪੈਦਾ ਕਰੇ ਗੁਰਬਾਣੀ ਪੜ੍ਹ ਕੇ ਵੀ ਅੰਦਰ ਲੋਭੇ ਪੈਦਾ ਹੋਵੇ ਉਹਦੇ ਗੁਰਬਾਣੀ ਪੜ੍ਹਦੇ ਹਾਂ ਅਰਦਾਸ ਲੋਭ ਦੀ ਕਰਦੇ ਹਾਂ ਇਹ ਸਾਰੇ ਸੱਪ ਨੇ ਲੋਭ ਤੋਂ ਖਿਲਾਫ ਹੈ ਅੰਮ੍ਰਿਤ ਪੀ ਕੇ ਅੰਮ੍ਰਿਤ ਦੀ ਵੀ ਜ਼ਹਿਰ ਬਣਾ ਦੇਵੇ ਪੀਵੇ ਅੰਮ੍ਰਿਤ ਪੈਦਾ ਕਰੇ ਜ਼ਹਿਰ ਸੱਪ ਦੇ ਅੰਦਰ ਜ਼ਹਿਰ ਪੈਦਾ ਹੋਊਗਾ ਸੱਪ ਨੂੰ ਦੁੱਧ ਪਿਲਾਈ ਜਾਓ ਤਾਂ ਵੀ ਜ਼ਹਿਰ ਪੈਦਾ ਹੋਊ ਉਹਦੇ ਅੰਦਰ ਇਹ ਲੋਕ ਜਿਹੜੇ ਲੋਭੀ ਨੇ ਇਹ ਸੱਪ ਦੇ ਉਹ ਨੇ ਪ੍ਰਤੀਕ ਨੇ ਸੱਪ ਕਦੇ ਪੈਸਿਆਂ ਦੇ ਤੁਸੀਂ ਮੈਨੂੰ ਦਿਖਾ ਦਿਓ ਬੈਠਾ ਹੋਇਆ ਤਾਂ ਬੈਂਕਾਂ ਦੇ ਵਾਲੇ ਸੱਪ ਰਹਿਣ ਬੈਂਕਾਂ ਦਾ ਕਦੇ ਸੱਪ ਨਹੀਂ ਦੇਖੇ ਜੇ ਸੱਪ ਮਾਇਆ ਦੇ ਰਹਿੰਦੇ ਨੇ ਬੈਂਕਾਂ ਦੇ ਵਾਲੇ ਸੱਪ ਰਹਿਣ ਸਵੇਰ ਬਸ ਤਾਂ ਹੁਣ ਬੈਠੇ ਅਮਰੀਕਾ ਸਾਰੇ ਸੱਪ ਚਲੇ ਜਾਣ ਉੱਥੇ ਤਾਂ ਧਨ ਜ਼ਿਆਦਾ ਇਹ ਗੱਲਾਂ ਨਹੀਂ ਹਨ ਸੱਪ ਉਹ ਆਦਮੀ ਹੈ ਜਿਹੜਾ ਛਾਪੜ ਕੇ ਬੈਠੇ ਮਾਇਆ ਤੇ ਕਿਸੇ ਗਿਆਨ ਨੂੰ ਨਾ ਮੰਨੇ ਮਾਇਆ ਤੇ ਪਕੜ ਮਜ਼ਬੂਤ ਕਰੀ ਜਾਵੇ ਜਿੰਨਾ ਗਿਆਨ ਉਹਨੂੰ ਪੜਾਵੇ ਸਮਾਂ ਮਾਇਆਧਾਰੀ ਹੁੰਦਾ ਚਲਿਆ ਜਾਵੇ ਮਾਇਆਧਾਰੀ ਕਹਿੰਦੇ ਨੇ ਮਾਇਆਧਾਰੀ ਤਨਾ ਬੋਲਾ ਬੋਲਾ ਸੱਪ ਦੇ ਕੰਨ ਨਹੀਂ ਹੁੰਦੇ ਸੱਪ ਦੇ ਕੰਨ ਨਹੀਂ ਹੁੰਦੇ ਇਸ ਕਰਕੇ ਮਾਇਆਧਾਰੀ ਨੂੰ ਅੰਨਾ ਬੋਲਾ ਕਿਹਾ ਬੋਲੇ ਕਰਕੇ ਸੱਪ ਲੈ ਲਿਆ ਇਹਨਾਂ ਨੇ ਸੱਪ ਵੀ ਬੋਲਾ ਹੁੰਦਾ ਉਹ ਗੁਰਬਾਣੀ ਸੁਣਦਾ ਹੀ ਨਹੀਂ ਹੈ ਆਪਣੇ ਮਤਲਬ ਦੀ ਗੱਲ ਸੁਣਦਾ ਸੱਪ ਨੂੰ ਨਹੀਂ ਕਹਿੰਦੇ ਨਾ ਕੀ ਨਾਗ ਜਿਹੜਾ ਮਨ ਹੁਣ ਜਿਹੜੇ ਸੱਪ ਬਣਾਏ ਨੇ ਗਾਹ ਆਊਗਾ ਦੋ ਜੀਭਾਂ ਨੇ ਉਹਦੇ ਦੋ ਜੀਭਾਂ ਕਿਸੇ ਸੱਪ ਦੇ ਮੈਨੂੰ ਦਿਖਾਓ ਇੱਕ ਮੂੰਹ ਚ ਇੱਕੋ ਜੀਭ ਹੁੰਦੀ ਹੈ ਦੋ ਹੁੰਦੀ ਹੈ ਜੀ ਪਰ ਇਹਦੇ ਦੋ ਜੀਭਾਂ ਨੇ ਮਨ ਦੇ ਮੂੰਹ ਵੀ ਦੋ ਨੇ ਇੱਕ ਗੁਰਮੁਖੀ ਮੂੰਹ ਇੱਕ ਮਨਮੁਖੀ ਮੂੰਹ ਬੁੱਧੀ ਦੇ ਦੋ ਮੂੰਹ ਨੇ ਬਲਕਿ ਪੰਜ ਮੁਖੀ ਕਿਹਾ ਹੋਇਆ ਸਰਪਣ ਕਾਲੀ ਸਰਪਣੀ ਕਾਲੀ ਉਹ ਮਾਇਆ ਨੂੰ ਕਿਹਾ ਹੋਇਆ ਉਹ ਜ਼ਿਆਦਾ ਮਾਇਆ ਮੰਗਦਾ ਹੈ ਇੱਕ ਤਾਂ ਇੱਕ ਨਾਮ ਮੰਗਦਾ ਦੋ ਇਕੱਠੇ ਮੂੰਹ ਨੇ ਹੁਣ ਸਾਡੇ ਦੋ ਪ੍ਰਕਾਰ ਦੀ ਇੱਛਾ ਮਨ ਦੀ ਇੱਛਾ ਮਾਇਆ ਦੀ ਹੈ ਮਨ ਮਾਇਆ ਮੈਂ ਫਸ ਰਹੇ ਹੋ ਚਿੱਤ ਦੀ ਇੱਛਾ ਦੂਈ ਹੈ ਦੋਹਾਂ ਦੇ ਦੋ ਮੂੰਹ ਅੱਡੋ ਅੱਡ ਨੇ ਅੱਡੋ ਤਾਂ ਇਹਨਾਂ ਦੀ ਗੱਲ ਨਹੀਂ ਲੜਦੀ ਦੋਹਾਂ ਦੀ ਉਹਦਾ ਮੂੰਹ ਚੋਂ ਹੋਰ ਕੋਈ ਨਿਕਲਦਾ ਇਹਦੇ ਮੂੰਹ ਚੋਂ ਹੋਰ ਕੋਈ ਨਿਕਲਦਾ ਆਪਾਂ ਵਿਰੋਧੀ ਗੱਲਾਂ ਨਿਕਲਦੀ ਉਰੇ ਉਹ ਤਾਂ ਕਹਿੰਦਾ ਵੀ ਜੋ ਕੰਮ ਕਰਨਾ ਹੈ ਉਹ ਕਰ ਭੈੜੇ ਕੰਮ ਨਾ ਕਰੇ ਕਹਿੰਦਾ ਭੈੜਿਆਂ ਕੰਮ ਬਿਨਾਂ ਸਰਦਾ ਨਹੀਂ ਮਾਇਆ ਬਿਨਾਂ ਸਰਦਾ ਨਹੀਂ ਝੂਠ ਬੋਲੇ ਬਿਨਾਂ ਸਰਦਾ ਨਹੀਂ ਹੈਰਾ